ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਟਕਰਾਅ ਦੀ ਸਥਿਤੀ ਜਿਹੜੀ ਹੈ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਪਿਛਲੇ ਦਿਨ ਹੀ ਅਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਟਕਰਾਅ ਦੀ ਸਥਿਤੀ ਦੇਖਣ ਨੂੰ ਮਿਲੀ ਹੈ ਰਾਜਪਾਲ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦੇ ਵਿਚਕਾਰ ਉਸੇ ਤਰੀਕੇ ਦੇ ਨਾਲ ਹੁਣ ਫਿਰ ਚਿੱਠੀਆਂ ਦਾ ਸਿਲਸਿਲਾ ਇੱਕ ਵਾਰੀ ਸ਼ੁਰੂ ਹੋ ਗਿਆ ਚਿੱਠੀਆਂ ਦੇ ਸਿਲਸਿਲੇ ਦੀ ਜੇ ਗੱਲ ਕਰੀਏ ਤਾਂ ਚਿੱਠੀ ਲਿਖੀ ਮੁੱਖ ਮੰਤਰੀ ਨੇ ਰਾਜਪਾਲ ਨੂੰ ਔਰ ਆਰਡੀਏ ਫੰਡ ਦੀ ਗੱਲ ਕੀਤੀ ਜਿਹੜੇ ਕਿ ਰੁਕੇ ਹੋਏ ਨੇ ਆਰਡੀਏ ਫੰਡ ਨੂੰ ਲੈ ਕੇ ਮੁੱਖ ਮੰਤਰੀ ਨੇ ਰਾਜਪਾਲ ਨੂੰ ਚਿੱਠੀ ਲਿਖੀ ਤੇ ਕਿਹਾ ਪਿਛਲੇ ਦਿਨ ਹੀ ਲਿਖੀ ਹੈ ਕਿਹਾ ਕਿ ਤੁਸੀਂ ਕੇਂਦਰ ਨਾਲ ਗੱਲ ਕਰੋ ਤੇ ਜਿਹੜੇ ਤਕਰੀਬਨ 5,000 करोड़ ਤੋਂ ਉੱਪਰ ਦੇ ਜਿਹੜਾ ਆਰਡੀਐਫ ਫੰਡ ਰੁਕਿਆ ਹੋਇਆ ਪਿਛਲੀਆਂ ਸਮਿਆਂ ਦੇ ਵਿੱਚ ਵੀ ਉਹ ਸਾਰਾ ਦਾ ਸਾਰਾ ਰਿਲੀਜ਼ ਕੀਤਾ ਜਾਵੇ ਪਰ ਉਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਆਰਡੀਐਫ ਦੇ ਮਾਮਲੇ ਤੇ ਜਦੋਂ ਉਹ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਚਿੱਠੀ 'ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅੱਗੇ ਆਰਡੀਐਫ ਦਾ ਮਾਮਲਾ ਚੁੱਕਣ ਦੀ ਜਿਹੜੀ ਉਹਨਾਂ ਨੇ ਰਾਜਪਾਲ ਤੋਂ ਮੰਗ ਕੀਤੀ ਉਸ ਦੇ ਨਾਲ ਹੀ ਕਿਹਾ ਕਿ ਜਿਹੜਾ ਆਰਡੀਐਫ ਦਾ ਰੁਪਿਆ ਰੁਕਿਆ ਹੋਇਆ ਉਹ ਬਕਾਇਆ ਛੇਤੀ ਤੋਂ ਛੇਤੀ ਰਿਲੀਜ਼ ਕੀਤਾ ਜਾਵੇ ਫੰਡ ਜਾਰੀ ਨਾ ਹੋਣ ਕਰਕੇ ਉਹਨਾਂ ਨੇ ਲਿਖਿਆ ਕਿ ਪਿੰਡਾਂ ਦਾ ਜਿਹੜਾ ਵਿਕਾਸ ਹੈਗਾ ਉਹ ਰੁਕਿਆ ਹੋਇਆ ਪਿੰਡਾਂ ਦਾ ਕੰਮਕਾਜ ਜਿਹੜਾ ਉਹ ਪਿੱਛੇ ਪੈ ਰਿਹਾ ਉਹ ਰੁਕਿਆ ਹੋਇਆ ਇਸ ਸਾਰੇ ਮਾਮਲੇ ਤੇ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਰਾਜਪਾਲ ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰਨ ਕੇਂਦਰ ਸਰਕਾਰ ਦੇ ਨਾਲ ਗੱਲ ਕਰਨ ਤੇ ਜਿਹੜਾ ਆਰਡੀਐਫ ਦਾ ਰੁਕਿਆ ਹੋਇਆ ਪੈਸਾ ਹੈ ਉਹ ਰਿਲੀਜ਼ ਕੀਤਾ ਜਾਏ ਪੰਜਾਬ ਨੂੰ ਲੈ ਕੇ ਪਰ ਉਸ ਚਿੱਠੀ ਦੇ ਜਵਾਬ ਦੇ ਵਿੱਚ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਫਿਰ ਤੋਂ ਇੱਕ ਚਿੱਠੀ ਲਿਖ ਦਿੱਤੀ ਹੈ ਭਗਵੰਤ ਮਾਨ ਨੂੰ ਪੰਜਾਬ ਸਰਕਾਰ ਨੂੰ ਔਰ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਉਸ ਦੇ ਵਿੱਚ ਉਹਨਾਂ ਨੇ ਬੇਸਿਕਲੀ ਕਿਹਾ ਕਿ ਉਹਨਾਂ ਨੂੰ ਉਹ ਚਿੱਠੀ ਮਿਲ ਗਈ ਹੈ ਔਰ ਉਸ ਚਿੱਠੀ ਦੇ ਵਿੱਚ ਬੇਸਿਕਲੀ ਜਿਹੜਾ ਰਾਜਪਾਲ ਨੇ ਇੱਕ ਗੱਲ ਕਹੀ ਹੈ ਉਹ ਕਹੀ ਹੈ ਕਿ ਤੁਸੀਂ ਮੈਨੂੰ ਅਪਰੋਚ ਕਰਨ ਤੋਂ ਪਹਿਲੇ ਮੀਨਸ ਕਿ ਮੇਰੇ ਨਾਲ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲੇ ਮੇਰੇ ਤੱਕ ਪਹੁੰਚ ਕਰਨ ਤੋਂ ਪਹਿਲੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਔਰ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਰਾਜਪਾਲ ਨੇ ਆਪਣਾ ਜਵਾਬ ਜਿਹੜਾ ਦਿੱਤਾ ਹੈ ਪੰਜਾਬ ਸਰਕਾਰ ਨੂੰ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੱਠੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਪਹੁੰਚ ਕਰਨ ਤੋਂ ਪਹਿਲੇ ਮੇਰੇ ਤੱਕ ਪੁੱਜਣ ਤੋਂ ਪਹਿਲੇ ਜਿਹੜਾ ਸੁਪਰੀਮ ਕੋਰਟ 'ਚ ਇਹ ਮਾਮਲਾ ਜਿਹੜਾ ਉਹ ਲੈ ਕੇ ਗਏ ਹੋ ਅਤੇ ਹੁਣ ਚੰਗਾ ਹੋਏਗਾ ਕਿ ਆਪਾਂ ਇਸ ਚੀਜ਼ ਦੀ ਵੇਟ ਕਰੀਏ ਤੁਸੀਂ ਵੇਟ ਕਰੋ ਔਰ ਸੁਪਰੀਮ ਕੋਰਟ ਜਿਹੜਾ ਹਾਈਐਸਟ ਕੋਰਟ ਹੈਗਾ ਜਿਹੜੀ ਸਰਵੋੱਚ ਅਦਾਲਤ ਹੈਗੀ ਹੈ ਉਹ ਕਿਸ ਤਰੀਕੇ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਫੈਸਲਾ ਦਿੰਦੀ ਹੈ ਉਹਦੀ ਵੇਟ ਕਰਨੀ ਚਾਹੀਦੀ ਹੈ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀ ਇਹ ਵੀ ਉਹਨਾਂ ਦੇ ਨੋਟਿਸ ਦੇ ਵਿੱਚ ਆਇਆ ਕਿ ਜਿਹੜਾ ਕਰਜ਼ਾ ਲਿਆ ਪੰਜਾਬ ਨੇ ਜਿਹੜਾ ਕਰਜ਼ਾ ਲਿਆ ਉਹ ਘੱਟੋ ਘੱਟ 50,000 करोड़ ਰੁਪਏ ਦਾ ਕਰਜ਼ਾ ਜਿਹੜਾ ਐਸੇ ਸਰਕਾਰ ਦੇ ਵਿੱਚ ਵਿਚਾਲੇ ਜਿਹੜਾ 50,000 करोड़ ਦੇ ਖਰਚੇ ਜਿਹੜਾ ਕਰਜ਼ਾ ਹੈ ਉਹਦਾ ਇਜ਼ਾਫਾ ਹੋਇਆ ਔਰ ਉਸ ਕਰਜ਼ੇ ਦੀ ਜਿਹੜਾ ਉਹਨਾਂ ਨੇ ਪੈਸਾ ਲਿੱਤਾ ਉਸ ਪੈਸੇ ਨੂੰ ਕਿੱਥੇ ਕਿੱਥੇ ਕਿਵੇਂ ਯੂਟੀਲਾਈਜ਼ ਕੀਤਾ ਗਿਆ ਕਿੱਥੇ ਲਾਇਆ ਗਿਆ ਕਿਹੜੇ ਕੰਮਾਂ ਕਾਜਾਂ 'ਚ ਲਾਇਆ ਗਿਆ ਉਸ ਸਭ ਦਾ ਪੂਰਾ ਵੇਰਵਾ ਜਿਹੜਾ ਹੈ ਪੰਜਾਬ ਸਰਕਾਰ ਰਾਜਪਾਲ ਨੂੰ ਦੇ ਇਸ ਚੀਜ਼ ਦੀ ਮੰਗ ਜਾਂ ਇਸ ਚੀਜ਼ ਦੀ ਹੁਕਮ ਜਿਹੜੇ ਨੇ ਆਦੇਸ਼ ਜਿਹੜੇ ਨੇ ਇੱਕ ਤਰ੍ਹਾਂ ਦੇ ਚਿੱਠੀ ਦੇ ਵਿੱਚ ਜਾਰੀ ਕੀਤੇ ਗਏ ਨੇ ਕਿਹਾ ਗਿਆ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਪਿਛਲੇ ਦਿਨੀ ਇਜ਼ਾਫਾ ਕੀਤਾ 50,000 करोड़ ਰੁਪਏ ਦਾ ਜਿਹੜਾ ਤੁਸੀਂ ਕਰਜ਼ਾ ਲਿਆ ਉਹ ਪੈਸਾ ਜਿਹੜਾ ਲਿਆ ਉਹ ਕਿੱਥੇ ਖਰਚ ਕੀਤਾ ਕਿਹੜੇ ਕਿਹੜੇ ਵਿਕਾਸ ਕਾਰਿਆਂ 'ਚ ਲਾਇਆ ਜਾਂ ਕਿਹੜੇ ਕਿਹੜੇ ਕਾਰਜ ਉਹਦੇ ਨਾਲ ਕੀਤੇ ਉਹ ਸਾਰੀ ਦੀ ਸਾਰੀ ਪੂਰੀ ਡਿਟੇਲ ਜਿਹੜੀ ਹੈ ਉਹਨਾਂ ਤੱਕ ਪਹੁੰਚ ਦੀ ਕੀਤੀ ਜਾਵੇ ਇਸ ਚੀਜ਼ ਦੀ ਜਿਹੜੀ ਹੈ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਰਾਜਪਾਲ ਨੇ ਅਤੇ ਉਹਨਾਂ ਨੇ ਕਿਹਾ ਤਾਂ ਜੋ ਉਹ ਸਾਰੀ ਦੀ ਸਾਰੀ ਡਿਟੇਲ ਨੂੰ ਲੈ ਕੇ ਮੈਂ ਕਨਵਿੰਸ ਕਰ ਸਕਾਂ ਮੈਂ ਪੂਰੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੇ ਅੱਗੇ ਡਿਟੇਲ ਰੱਖ ਕੇ ਇਹ ਗੱਲ ਕਹਿ ਸਕਾਂ ਕਿ ਇਹ ਸਹੀ ਜਗ੍ਹਾ 'ਤੇ ਲੱਗਿਆ ਹੈ ਤਾਂ ਜੋ ਜਿਹੜਾ ਹੈਗਾ ਉਸ ਦੇ ਬਾਅਦ ਜਿਹੜਾ ਆਰਡੀਐਫ ਦਾ ਪੈਸੇ ਦੇ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹ ਸਾਰੀਆਂ ਦੀ ਸਾਰੀ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਅੱਜ ਜਿਹੜੀ ਚਿੱਠੀ ਭੇਜੀ ਹੈਗੀ ਹੈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਰਾਜਪਾਲ ਨੇ ਕਹੀਆਂ ਇੱਕ ਵਾਰ ਫਿਰ ਦੱਸ ਦਈਏ ਕਿ ਰਾਜਪਾਲ ਨੇ ਅੱਜ ਜਿਹੜੀ ਚਿੱਠੀ ਮੁੱਖ ਮੰਤਰੀ ਨੂੰ ਲਿਖੀ ਹੈ ਉਹਦੇ ਵਿੱਚ ਦੋ ਗੱਲਾਂ ਕਹੀਆਂ ਨੇ ਸਭ ਤੋਂ ਪਹਿਲੇ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈਗੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਆਰਡੀਐਫ ਦਾ ਪੈਸਾ ਜਿਹੜਾ ਮੰਗਣ ਵਾਸਤੇ ਜਿਹੜੀ ਅੱਜ ਚਿੱਠੀ ਲਿਖ ਰਹੇ ਹੋ ਇਸ ਤੋਂ ਪਹਿਲੇ ਤੁਸੀਂ ਪਹੁੰਚ ਸੁਪਰੀਮ ਕੋਰਟ ਤੱਕ ਕਰ ਚੁੱਕੇ ਹੋ ਔਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਹੁਣ ਪੈਂਡਿੰਗ ਹੈਗਾ ਪਹਿਲੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਿੰਦੇ ਜਾਂ ਕੀ ਫੈਸਲਾ ਲੈਂਦਾ ਉਸ ਦੇ ਨਾਲ ਹੀ ਦੂਸਰੀ ਗੱਲ ਜਿਹੜੀ ਹੈ ਰਾਜਪਾਲ ਨੇ ਆਪਣੀ ਚਿੱਠੀ ਵਿੱਚ ਇਹ ਲਿਖੀ ਹੈ ਕਿ ਤੁਸੀਂ ਆਪਣੀ ਹੀ ਸਰਕਾਰ ਦੇ ਵਿੱਚ ਤੁਹਾਡੇ ਕਾਰਜਕਾਲ ਜਿਹੜਾ ਤੁਸੀਂ 1.5 ਸਾਲ ਦੀ ਸਰਕਾਰ ਹਜੇ ਤੱਕ ਤੁਹਾਡੀ ਹੋਈ ਹੈ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਹਦੇ ਵਿੱਚ ਤੁਸੀਂ 50,000 करोड़ ਰੁਪਏ ਦਾ ਕਰਜ਼ਾ ਜਿਹੜਾ ਲੈ ਚੁੱਕੇ ਹੋ ਉਹ ਕਰਜ਼ਾ ਜਿਹੜਾ ਲੈ ਕੇ ਤੁਸੀਂ ਕਿੱਥੇ ਯੂਟੀਲਾਈਜ਼ ਕੀਤਾ ਕਿਹੜੇ ਕੰਮਾਂ ਕਾਜਾਂ 'ਚ ਲਾਇਆ ਕਿੱਥੇ ਕੀ ਉਹਦੇ ਨਾਲ ਤੁਸੀਂ ਉਸਾਰਿਆ ਉਹ ਸਭ ਦਾ ਵੇਰਵਾ ਜਿਹੜਾ ਦਿੱਤਾ ਜਾਏ ਤਾਂ ਜੋ ਉਹ
वेरवा जो राज्यपाल को पहुँचता किया जाए तो प्रधानमंत्री अगे सारा वेरवा रख सकन कि इन्ने पैसे की इस तरीके वरतों की गई है और पूरी तरीके सही वरतों की गई है ता ही कोई गल जी अगे की जा सकेगी। कैमरा परसन सरबजीत दे नाल बिंदु सिंह चंडीगढ़ तुसीं देखदे रहो D5 चैनल पंजाबी। निडर हां निरपक्ष हां आजाद हां सच कहां गल करांगे सियासी हवा दी होणगे हुकमराना नूं सिद्धे सवाल सब तो पहला पहुंचावांगे तुहाडे तक सिर्फ सच्ची खबर दसांगे कौन कर रहा है थोड़े ते सफर विदेशां च बैठे पंजाबियां दे हक दी करांगे गल कैनेडा दी हर सियासी खबर लेके आवांगे तुहाडे वल उभरांगे पंजाब दी आवाज बन होणगे हर पहलू ते रोज चर्चे खोलांगे अंदरूनी राज बणांगे बुलंदवाज खेड सिक्ख्या सेहत खेती दी बात पावांगे हर पिंड हर शहर जावांगे मनोरंजन नाल जुड़े कलाकारां नाल करवावांगे मुलाकात संघर्षां वाली जिंदगी ते मारांगे चाल की ने साडे कानून फर्ज ते अधिकार की करदी है साडी सरकार की है तुहाडी मुश्किल दा हल D5 चैनल पंजाबी दी कचहरी च होवेगी सिर्फ लोकां दी गल धर्म धरोहर सेहत और संस्कृति की होगी बात अब D5 चैनल हिंदी भी होगा सर D5 चैनल पंजाबी अपनी धरती अपने लोक ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।